ਪਰ ਕਮਾਈ ਵਾਲਾ ਇੱਕ ਵਾਰੀ ਜਪਾ ਦੇਵੇ ਸਾਡੇ ਲੱਖਾਂ ਵਾਰੀ ਜਪੇ ਤੋਂ ਵੀ ਵੱਧ ਫਲ ਖਾਦਨਾਮ ਉਹ ਸਾਧੂ ਜੀਵਾਂ ਦਾ ਆਧਾਰ ਕਰੀ ਜਾਂਦੇ ਨੇ ਕਿਣਕਾ ਕਿਣਕਾ ਦੇ ਕੇ ਨਾਮ ਦਾ ਆਧਾਰ ਕਰੀ ਜਾਂਦੇ ਭਲੇ ਇੱਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਸੋ ਬਾਬਾ ਜੀ ਸਾਨੂੰ ਵੇਖੋ ਕਿੰਨਾ ਨਾਮ ਨਾਲ ਜੋੜ ਰਹੇ ਹੈ ਇਹ ਧੰਨ ਬਾਬਾ ਈਸ਼ਰ ਸਿੰਘ ਜੀ ਦੀਆਂ ਰਹਿਮਤਾਂ ਨੇ ਸਮਾਂ ਸੀਮਤ ਹੋਣ ਕਰਕੇ ਮੈਂ ਹੋਰ ਲੰਬੀਆਂ ਵਿਚਾਰਾਂ ਨਹੀਂ ਕੇਵਲ ਪੰਜ ਬੇਨਤੀਆਂ ਤੁਹਾਡੇ ਚਰਨਾਂ 'ਚ ਕੀਤੀਆਂ ਬਾਬਾ ਜੀ ਦੇ ਬਚਨਾਂ ਦੇ ਰਾਹੀਂ ਕਿ ਆਪੋ ਆਪਣੀ ਜਿਹੜਾ ਤੁਹਾਡਾ ਬਚਨ ਹੈ ਉਹਨੂੰ ਪੱਲੇ ਬੰਨਿਓ ਨੌਜਵਾਨੋ ਮਾਂ ਪਿਓ ਦੀ ਸੇਵਾ ਕਰਿਓ ਜੋ ਜੋ ਸੁਣਿਆ ਉਹਨੂੰ ਆਪਣੇ ਹਿਰਦੇ 'ਚ ਵਸਾਇਓ ਸਾਰੀਆਂ ਸੰਗਤਾਂ ਨੂੰ ਬਾਬਾ ਈਸ਼ਰ ਸਿੰਘ ਜੀ ਦੇ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਰਲ ਮਿਲ ਕੇ ਸਾਰੇ ਸੇਵਾ ਕਰਿਓ ਸਾਰੇ ਆਪਣੇ ਤਨ ਮਨ ਧਨ ਕਰਕੇ ਜਿੱਥੇ ਵੀ ਮੌਕਾ ਮਿਲੇ ਬਾਬਾ ਜੀ ਦੀਆਂ ਖੁਸ਼ੀਆਂ ਲਿਓ ਭੁੱਲਾਂ ਚੁੱਕਾਂ ਦੀ ਖਿਮਾ ਦਾਸ ਵੱਲੋਂ ਬੋਲਦਿਆਂ ਕਈ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਮੈਂ ਗੁਰੂ ਸਾਹਿਬ ਤੋਂ ਸੰਗਤ ਤੋਂ ਤੇ ਬਾਬਾ ਜੀ ਤੋਂ ਮਾਫ਼ੀ ਮੰਗਦਾ ਵੀ ਕਈ ਵਾਰੀ ਕੋਈ ਗੱਲ ਵੱਧ ਘੱਟ ਕਹੀ ਜਾਂਦੀ ਹੈ ਤੇ ਭੁੱਲਾਂ ਚੁੱਕਾਂ ਦੀ ਖਿਮਾ ਮਾਫ਼ੀ ਬਖਸ਼ੋ ਬੁਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।